ਤੁਸੀਂ ਦੇਖ ਰਹੇ ਹੋ ਸਾਂਝਾ ਪੰਜਾਬ ਟੀਵੀ ਤੇ ਦੇਖਦੇ ਰਹੋ ਸਾਂਝਾ ਪੰਜਾਬ ਟੀਵੀ ਅੰਮ੍ਰਿਤਸਰ ਤੋਂ ਤੇ ਪੁਲਿਸ ਕਮਿਸ਼ਨਰੇਟ ਅੰਮ੍ਰਿਤਸਰ ਨੇ ਵੱਖ-ਵੱਖ ਕੇਸ ਟ੍ਰੇਸ ਕੀਤੇ ਹੈ ਅੰਡਰ ਦ ਗਾਈਡੈਂਸ ਆਫ ਮਾਨਯੋਗ ਕਮਿਸ਼ਨਰ ਸਾਹਿਬ ਪੁਲਿਸ ਅੰਮ੍ਰਿਤਸਰ ਸਰਦਾਰ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਉਹਨਾਂ ਵਿੱਚੋਂ ਪਹਿਲਾ ਕੇਸ ਹੈ ਏ ਡਿਵੀਜ਼ਨ ਵਿੱਚ ਅਸੀਂ ਦੋ ਸਨੈਚਰ ਅਰੈਸਟ ਕੀਤੇ ਗਗਨਦੀਪ ਸਿੰਘ ਅਲਾਇਸ ਲੱਕੀ ਤੇ ਵਿਸ਼ਾਲ ਦਾਸ ਅਲਾਇਸ ਲੱਕੀ ਦੋਨਾਂ ਦਾ ਨਾਮ ਪੈਟ ਨੇਮ ਲੱਕੀ ਹੈ ਤੇ ਜਿਹੜਾ ਗਗਨਦੀਪ ਸਿੰਘ ਹੈ ਉਹਦੀ ਉਮਰ 28 ਸਾਲ ਤੇ ਵਿਸ਼ਾਲ ਦੀ 21-22 ਸਾਲ ਹੈ ਇਹ 12ਵੀਂ ਪੜ੍ਹੇ ਹੈ ਤੇ ਇੱਕ ਜਿਹੜਾ ਗਗਨਦੀਪ ਹੈ ਉਹ ਮੰਗਤਿਆਂ ਦਾ ਕੰਮ ਕਰਦਾ ਸੀ ਤੇ ਜਿਹੜਾ ਦੂਸਰਾ ਹੈਗਾ ਆਪਣਾ ਵਿਸ਼ਾਲ ਉਹ ਏਸੀ ਰਿਪੇਅਰ ਦਾ ਕੰਮ ਕਰਦਾ ਸੀ ਤੇ ਇਹਨਾਂ ਕੋਲੋਂ ਸੈਮਸੰਗ ਮੋਬਾਈਲ ਮਿਲਿਆ ਇੱਥੋਂ ਧਾਰੀਵਾਲ ਹਸਪੀਟਲ ਬਟਾਲਾ ਰੋਡ ਤੋਂ ਤੇ ਨੰਬਰ 2 ਤੇ ਹੈ 68 ਦਾ ਉਹ ਵੀ ਅਸੀਂ ਆਪਣਾ ਦੋ ਬੰਦੇ ਉੱਥੇ ਅਰੈਸਟ ਕੀਤੇ ਮਨਪ੍ਰੀਤ ਸਿੰਘ ਅਲਾਇਸ ਗਿਆਨੀ ਤੇ ਦੂਸਰਾ ਮਨਪ੍ਰੀਤ ਸਿੰਘ ਅਲਾਇਸ ਰੋਹਿਤ ਇਹਨਾਂ ਨੂੰ ਚੁੰਗੀ 68 ਤੋਂ ਅਸੀਂ ਅਰੈਸਟ ਕੀਤਾ ਤੇ ਇਹਨਾਂ ਕੋਲੋਂ ਜਿਹੜੇ ਇਹਨਾਂ ਨੇ ਸਨੈਚ ਕੀਤਾ ਸੀ ਪਰਸ ਉਹ ਮਿਲ ਗਿਆ ਤੇ 250 ਰੁਪਏ ਉਹਦੇ ਵਿੱਚ ਸੀਗੇ ਉਹ ਮਿਲੇ ਹੈ ਜੀ ਤੇ ਇਹਨਾਂ ਦੀ ਵੀ ਉਮਰ 21-22 ਸਾਲ ਹੈਗੀ ਜੀ ਤੇ ਜਿਹੜਾ ਤੀਸਰਾ ਕੇਸ ਹੈ ਤੀਸਰਾ FIR ਨੰਬਰ 171 ਹੈ PS ਰਣਜੀਤ ਐਵਨਿਊ ਉਹਦੇ 'ਚ ਅਸੀਂ 3 ਅਰੈਸਟ ਕੀਤੇ ਹੈ ਸਿਕੰਦਰ ਸਿੰਘ ਪਵਨਦੀਪ ਸਿੰਘ ਤੇ ਵਰਿੰਦਰ ਸਿੰਘ ਇਹਨਾਂ ਤੋਂ ਸਾਨੂੰ ਮੋਬਾਈਲ ਮਿਲੇ ਹੈ ਤੇ ਇਹਨਾਂ ਨੂੰ ਕਰਮਪੁਰਾ ਗਵਰਨਮੈਂਟ ਸਕੂਲ ਨੀਅਰ ਵਾਓ ਜਿਮ ਰਣਜੀਤ ਐਵਨਿਊ ਤੋਂ ਅਸੀਂ ਅਰੈਸਟ ਕੀਤਾ ਜੀ ਇਹਨਾਂ ਚੋਰੀ ਦੀ FIR ਸੀਗੀ ਜੀ ਨੰਬਰ 4 ਤੇ FIR ਨੰਬਰ 172 ਹੈਗੀ ਜੀ ਰਣਜੀਤ ਐਵਨਿਊ ਥਾਣੇ ਦੀ 21-20-6185 NDPS ਐਕਟ ਦੀ ਇਹਦੇ 'ਚ ਅਸੀਂ 3 ਜਣੇ ਅਰੈਸਟ ਕੀਤੇ ਹੈ ਸੁਜਲ ਸਮਾਈਲ ਚੰਚਲ ਅਲਾਇਸ T2 ਮਿੱਠੂ ਅਲਾਇਸ ਕੋਰਾ ਇਹਨਾਂ ਤੋਂ ਰਿਕਵਰ ਕੀਤੀ 47 ਗ੍ਰਾਮ ਹੀਰੋਇਨ ਤੇ ਹਿਊਂਡਾਈ ਵਰਨਾ ਕਾਰ ਤੇ ਇਹਨਾਂ ਨੂੰ ਅਸੀਂ ਰਹਿਣ ਵਾਲੇ ਹੈਗੇ ਜੀ ਫਤਿਹਗੜ੍ਹ ਚੂੜੀਆਂ ਰੋਡ ਦੇ ਤੇ ਜਿਹੜਾ ਸੰਜੂ ਜਿਹੜਾ ਸੁਜਲ ਹੈ ਉਹ ਰਹਿਣ ਵਾਲਾ ਹੈਗਾ ਜੀ ਰਣਜੀਤ ਐਵਨਿਊ ਦਾ ਹਾਊਸਿੰਗ ਬੋਰਡ ਕਾਲੋਨੀ ਦਾ ਤੇ ਨੰਬਰ 5 ਤੇ ਗੇਟ ਕੀਮਾ ਪੁਲਿਸ ਸਟੇਸ਼ਨ ਨੇ ਇੱਕ PO ਅਰੈਸਟ ਕੀਤਾ ਆਪਣਾ ਜਿਹੜਾ 302 ਦੇ 2010 ਦੇ ਮਰਡਰ ਕੇਸ ਵਿੱਚ ਇਨਵੋਲਵ ਸੀਗਾ ਉਹ ਹਿਮਾਚਲ ਰਹਿੰਦਾ ਸੀ ਤੇ ਕੱਲ ਹੀ ਘਰ ਆਇਆ ਤੇ ਕੱਲ ਹੀ ਅਸੀਂ ਉਹਨੂੰ ਫੜ ਲਿਆ ਨੰਬਰ 6 ਤੇ CIA ਸਟਾਫ 1 ਨੇ 3500 ਕੈਪਸੂਲ ਰਿਕਵਰ ਕੀਤੇ ਹੈ ਟ੍ਰੈਮਾਡੋਲ FIR ਨੰਬਰ 78 PS ਮੋਕਮਪੁਰਾ 2024 ਦੀ ਤੇ ਇਹਦੇ 'ਚ ਅਸੀਂ 2 ਜਣੇ ਅਰੈਸਟ ਕੀਤੇ ਗੁਨੀ ਰਾਮ ਤੇ ਰੋਹਿਤ ਕੁਮਾਰ ਇਹਨਾਂ ਦੋਨਾਂ ਦੀ ਉਮਰ 34 ਸਾਲ ਹੈ ਤੇ ਹਲਵਾਈ ਦਾ ਕੰਮ ਕਰਦੇ ਸੀਗੇ ਤੇ ਇਹਨਾਂ ਨੂੰ ਇਹਨਾਂ ਦਾ ਬੈਕਵਰਡ ਲਿੰਕ ਜੇ ਸਹਾਰਨਪੁਰ ਤੇ ਜੁੜਦਾ ਹੈ ਜਿੱਥੋਂ ਇਹ ਲੈ ਕੇ ਆਉਂਦੇ ਸੀ ਤੇ ਇੱਥੇ ਜੱਜ ਨਗਰ ਅੰਮ੍ਰਿਤਸਰ ਦੇ ਰਹਿਣ ਵਾਲੇ ਹੈ CIA ਸਟਾਫ 1 ਨੇ 3500 ਕੈਪਸੂਲ ਰਿਕਵਰ ਕੀਤੇ ਹੈ ਟ੍ਰੈਮਾਡੋਲ FIR ਨੰਬਰ 78 PS ਮੋਕਮਪੁਰਾ 2024 ਦੀ ਤੇ ਇਹਦੇ 'ਚ ਅਸੀਂ 2 ਜਣੇ ਅਰੈਸਟ ਕੀਤੇ ਗੁਨੀ ਰਾਮ ਤੇ ਰੋਹਿਤ ਕੁਮਾਰ ਇਹਨਾਂ ਦੋਨਾਂ ਦੀ ਉਮਰ 34 ਸਾਲ ਹੈ ਤੇ ਹਲਵਾਈ ਦਾ ਕੰਮ ਕਰਦੇ ਸੀਗੇ ਤੇ ਇਹਨਾਂ ਨੂੰ ਇਹਨਾਂ ਦਾ ਬੈਕਵਰਡ ਲਿੰਕ ਜੇ ਸਹਾਰਨਪੁਰ ਤੇ ਜੁੜਦਾ ਹੈ ਜਿੱਥੋਂ ਇਹ ਲੈ ਕੇ ਆਉਂਦੇ ਸੀ ਤੇ ਇੱਥੇ ਜੱਜ ਨਗਰ ਅੰਮ੍ਰਿਤਸਰ ਦੇ ਰਹਿਣ ਵਾਲੇ ਹੈ।